कोरोना वायरस के शकी व्यक्ति की जांच कर रहे सरकारी अस्पताल से हुआ फरार, प्रशासन उस व्यक्ति की कर रहा है तलाश। मोगा के सरकारी अस्पताल में एक शकी व्यक्ति जो कि एक दिन पहले दुबई से भारत आया था, उसके टेस्ट मोगा के सरकारी अस्पताल में करवाए जा रहे थे, परंतु कोरोना वायरस के शक के चलते वह व्यक्ति मोगा से फरार हो गया। वहीं जानकारी देते हुए जांच अधिकारियों ने बताया कि हमें सूचना मिली थी कि एक व्यक्ति दुबई से भारत मोगा पहुंचा है, तो उसके टेस्ट के लिए मोगा सरकारी अस्पताल में सैंपल लिए जा रहे थे, परंतु रिपोर्ट आने से पहले ही वह व्यक्ति हॉस्पिटल से फरार हो गया। इसकी सूचना प्रशासन को दे दी गई है, जिसकी तलाश की जा रही है, परंतु अभी तक यह कहना मुश्किल है कि उसको कोरोना वायरस है या नहीं। सैंपल की जांच की जा रही है। किस तरह दे इंतजाम ने कोरोना वायरस बारे ही ਅਸੀਂ ਸਾਰੇ ਲੋੜੀਂਦੇ ਪ੍ਰਬੰਧ ਜਿਹੜੇ ਆ ਸਾਡੇ ਹਸਪਤਾਲ ਵਿੱਚ ਹੋ ਚੁੱਕੇ ਹਨ। ਆਈਸੋਲੇਸ਼ਨ ਬੈਡ ਆ, ਸਾਰੇ ਟੈਸਟ ਸਾਡੇ ਕੋਲੇ ਹੁੰਦੇ ਆ, ਅਸੀਂ ਪੂਰੇ ਸਤਰਕ ਆ। ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਤੁਸੀਂ ਇੰਡੀਆ ਵਿੱਚ ਦੇਖੋ ਜਿੰਨੇ ਵੀ ਟੈਪ ਲੋਕ ਹੁਣ ਪੋਜ਼ਿਟਿਵ ਆਏ ਨੇ, ਕਿਸੇ ਦੀ ਡੈਥ ਨਹੀਂ ਹੋਈ। ਇਹਦਾ ਮਤਲਬ ਇਹ ਤੋਂ ਇਲਾਜ ਤੋਂ ਜ਼ਿਆਦਾ ਇਹਦਾ ਪਰਹੇਜ਼ ਜ਼ਰੂਰੀ ਹੈ, ਜਿਵੇਂ ਕਿ ਕਿਸੇ ਨਾਲ ਹੱਥ ਮਿਲਾਉਣਾ ਨਾ ਮਿਲਾਓ, ਭੀੜ ਭਰੀਆਂ ਥਾਵਾਂ 'ਤੇ ਨਾ ਜਾਓ, ਜਿਹਨੂੰ ਖਾਂਸੀ ਹੋਈ ਆ ਆਪਣੇ ਪਰਿਵਾਰਕ ਜਾਂ ਦੂਜੇ ਕਿਸੇ ਹੋਰ ਨੂੰ, ਉਹਦੇ ਤੋਂ ਥੋੜ੍ਹੀ ਥੋੜ੍ਹੀ ਦੂਰੀ ਬਣਾ ਕੇ ਰੱਖੋ। ਤੁਹਾਡੇ ਕੋਲ ਵੀ ਕੋਈ ਸ਼ੱਕੀ ਮਰੀਜ਼ ਆਇਆ ਜੀ? ਆਇਆ ਸੀ ਜੀ, ਉਸ ਬਾਰੇ ਅਸੀਂ ਟਰੇਸ ਕਰ ਰਹੇ ਹਾਂ ਪੂਰਾ। ਮੈਂ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੈ। ਕਿੱਥੋਂ ਆਇਆ ਸੀ ਜੀ ਪੇਸ਼ੈਂਟ? ਉਹ ਸਰ ਕੱਲ੍ਹ ਦੁਬਈ ਤੋਂ ਆਇਆ ਜੀ। ਅੱਜ ਕੁਛ ਟੈਸਟ ਹੋਏ ਆ ਹੋਸਪਿਟਲ 'ਚ? ਟੈਸਟ ਹੋਏ ਸੀ, ਪ੍ਰੈਮਲੀਨਰੀ ਟੈਸਟ ਹੋਇਆ, ਉਹਨਾਂ ਵਿੱਚ ਛੋਟਾ ਸ਼ੱਕ ਹੈ, ਕਨਫਰਮ ਨਹੀਂ ਹੈ ਹਲੇ। ਕਨਫਰਮੇਟਰੀ ਜੋ ਟੈਸਟ ਹੋਣਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੋਜ਼ਿਟਿਵ ਹੈ ਜਾਂ ਨਹੀਂ। ਤੇ ਕਿੱਥੇ ਚਲਾ ਗਿਆ ਜੀ ਪੇਸ਼ੈਂਟ? ਉਹ ਪੇਸ਼ੈਂਟ ਸਰ ਉੱਥੋਂ ਜਦੋਂ ਆਈਸੋਲੇਸ਼ਨ ਵਾਰਡ ਵਿੱਚ ਲੈ ਕੇ ਜਾਣ ਲੱਗੇ ਉੱਥੋਂ ਚਲਾ ਗਿਆ। ਅਤੇ ਇਹਦੇ ਲਈ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ? ਅਸੀਂ ਟਰੇਸ ਕਰਾਂਗੇ ਜੀ ਐਜ ਸੂਨ ਐਜ ਪੋਸੀਬਲ, ਅਸੀਂ ਪੁਲਿਸ ਦੀ ਮਦਦ ਵੀ ਲੈ ਰਹੇ ਹਾਂ। ਕੋਰੋਨਾ ਵਾਇਰਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ? ਹਾਂਜੀ, ਸਿਵਲ ਹਸਪਤਾਲ ਮੋਗਾ ਦੇ ਵਿੱਚ ਇੱਕ ਫਲੂ ਕੋਰਨਰ ਬਣਾਇਆ ਗਿਆ ਜੀ, ਇੱਕ ਵੱਖਰਾ ਕਮਰਾ ਜਿਹੜਾ ਜਿਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਔਰ ਉਹਦੇ ਨਾਲ ਨਾਲ ਜਿਹੜਾ ਇੱਕ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ, ਤਾਂ ਕਿ ਜੇਕਰ ਕਿਸੇ ਮਰੀਜ਼ ਦੇ ਵਿੱਚ ਪੋਜ਼ਿਟਿਵ ਪਾਏ ਜਾਂਦੇ ਆ ਥੋੜ੍ਹੇ ਬਹੁਤ ਸਿੰਪਟਮ, ਤਾਂ ਉਹਨੂੰ ਉਸ ਵਾਰਡ ਦੇ ਵਿੱਚ ਰੱਖਿਆ ਜਾ ਸਕੇ। ਕੋਈ ਸ਼ੱਕੀ ਪੇਸ਼ੈਂਟ ਆਇਆ ਵੀ ਹੈ ਜੀ? ਹਾਂਜੀ, ਅੱਜ ਇੱਕ ਕੱਲ੍ਹ ਦੁਬਈ ਤੋਂ ਕੋਈ ਆਦਮੀ ਆਇਆ ਜਿਹੜਾ ਕਿ ਸਿੱਧਾ ਦੁਬਈ ਤੋਂ ਚੰਡੀਗੜ੍ਹ ਲੈਂਡ ਹੋਇਆ, ਔਰ ਅੱਜ ਸੁਬਹਾ ਹੋਸਪਿਟਲ ਦੇ ਵਿੱਚ ਆਇਆ ਸੀਗਾ। ਉਹਦੇ ਜਿਹੜੇ ਬੇਸਿਕ ਟੈਸਟ ਕੀਤੇ ਗਏ ਜਿਸ ਤਰ੍ਹਾਂ ਐਕਸਰੇ ਟੈਸਟ ਵਗੈਰਾ ਅਤੇ ਬਲੱਡ ਦੇ ਟੈਸਟ ਲਏ, ਤਾਂ ਉਹਦੇ ਵਿੱਚ ਥੋੜ੍ਹੀ ਬਹੁਤ ਸ਼ੱਕ ਜਿਹੜੀ ਆਈ। ਉਸ ਤੋਂ ਬਾਅਦ ਜਦੋਂ ਅਸੀਂ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਸ਼ਿਫਟ ਕਰਨ ਦੀ ਗੱਲ ਕੀਤੀ, ਤਾਂ ਉਹ ਮਰੀਜ਼ ਜਿਹੜਾ ਇੱਥੋਂ ਚਲਾ ਗਿਆ। ਕੀ ਪਹਿਲਾਂ ਵੀ ਕੋਈ ਪ੍ਰੋਬਲਮ ਸੀਗੀ ਜਦੋਂ ਦੁਬਈ 'ਚ ਸੀਗਾ ਜੀ ਉਹ? ਹਾਂਜੀ, ਉਹਦੇ ਦੱਸਣ ਮੁਤਾਬਕ ਉਹ 10-15 ਦਿਨਾਂ ਤੋਂ ਉਹਨੂੰ ਖੰਘ ਜ਼ੁਕਾਮ ਦੀ ਪ੍ਰੋਬਲਮ ਹੈਗੀ ਹੈ। ਸਿਮਟਮ ਲੱਗ ਰਿਹਾ ਜੀ? ਕੋਈ ਸ਼ੱਕੀ ਹੈ? ਤੁਸੀਂ ਟੈਸਟ ਕਰਵਾਏ ਹੈ, ਕੁਛ ਆਇਆ ਸਾਹਮਣੇ? ਇਹਦੇ ਬਾਰੇ ਜ਼ਿਆਦਾਤਰ ਡਾਕਟਰ ਸਾਹਿਲ ਦੱਸ ਸਕਦੇ ਕਿਉਂਕਿ ਉਹਨਾਂ ਨੇ ਐਕਸਰੇ ਦੇਖਿਆ, ਬਟ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਇਸ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਸ਼ਿਫਟ ਕਰਨ ਦੇ ਆਰਡਰ ਕੀਤੇ ਸੀ। ਜਿਸ ਤਰ੍ਹਾਂ ਹੀ ਹੋਸਪਿਟਲ 'ਚੋਂ ਚਲਾ ਗਿਆ, ਹੁਣ ਕੀ ਕਰਵਾਈ ਤੁਹਾਡੀ ਅੱਗੇ? ਮੈਂ ਆਪਣੇ ਅਥੋਰਟੀਜ਼ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਜੀ, ਅਤੇ ਕੋਸ਼ਿਸ਼ ਕਰਾਂਗੇ ਵੀ ਸ਼ਾਮ ਤੱਕ ਉਸ ਮਰੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾਪਸ ਲਿਆਂਦਾ ਜਾਵੇ ਹੋਸਪਿਟਲ। ਹੋਰ ਕੀ ਪ੍ਰੀਕੋਸ਼ਨ ਲਈ ਕੀ ਇੰਤਜ਼ਾਮ ਕੀਤੇ? ਪ੍ਰੀਕੋਸ਼ਨ ਲਈ ਅਵੇਅਰਨੈਸ ਸੀ ਅਜੇ, ਅਸੀਂ ਵੱਧ ਤੋਂ ਵੱਧ ਅਵੇਅਰ ਕਰ ਰਹੇ ਹਾਂ ਆਪਦੇ ਸਟਾਫ ਮੈਂਬਰਸ ਨੂੰ, ਜਿਹੜਾ ਹੈਗਾ ਮਾਸਕ ਯੂਜ਼ ਕਰਨ ਲਈ ਕਹਿ ਰਹੇ ਹਾਂ, ਔਰ ਜਿਹੜੇ ਪਬਲਿਕ ਦੇ ਵਿੱਚ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਕਿ ਜਿਹੜੇ ਖੰਘ ਜ਼ੁਕਾਮ ਦੇ ਮਰੀਜ਼ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਹੱਥ ਨਾ ਮਿਲਾਇਆ ਜਾਵੇ ਕਿਸੇ ਦੇ ਨਾਲ ਵੀ, ਆਪਣਾ ਵੱਖਰਾ ਰੋਲ ਤੌਲੀਆ ਅਤੇ ਰੁਮਾਲ ਵਗੈਰਾ ਵੱਖਰਾ ਵਰਤਿਆ ਜਾਵੇ, ਖੰਘਣ ਵੇਲੇ ਛਿੱਕਣ ਵੇਲੇ ਜਿਹੜਾ ਮੂੰਹ 'ਤੇ ਰੁਮਾਲ ਰੱਖਿਆ ਜਾਵੇ। ਸੋ ਇਸ ਤਰ੍ਹਾਂ ਦੀ ਅਵੇਅਰਨੈਸ ਆ ਜਿਹੜੀ ਪਬਲਿਕ ਦੇ ਵਿੱਚ ਫੈਲਾਈ ਜਾ ਰਹੀ। ਸਰ ਉਹ ਪੇਸ਼ੈਂਟ ਹੁਣ ਇੱਥੋਂ ਚਲਾ ਗਿਆ, ਬਾਜ਼ਾਰ 'ਚ ਕਿੰਨਾ ਕੁ ਨੁਕਸਾਨ ਹੋ ਸਕਦਾ ਉਹਦੇ? ਦੇਖੋ ਜੀ, ਜੇ ਉਹ ਪੋਜ਼ਿਟਿਵ ਹੈ ਫਿਰ ਤਾਂ ਜਿੱਥੇ ਵੀ ਉਹ ਜਾਏਗਾ ਉਹਦੀ ਨੁਕਸਾਨ ਤਾਂ ਹੋਏਗਾ, ਇਨਫੈਕਸ਼ਨ ਤਾਂ ਦੇਗੇ ਉਹ। ਅਤੇ ਜਲਦ ਤੋਂ ਜਲਦ ਉਹਨੂੰ ਵਾਪਸ ਲਿਆਉਣ ਲਈ ਕੀ ਕੀਤਾ ਜਾ ਰਿਹਾ? ਅਸੀਂ ਹੁਣੇ DSP ਸਿਟੀ ਨੂੰ ਇੱਕ ਚਿੱਠੀ ਕੱਢੀ ਹੈ ਜੀ, DSP ਬਦਨੀ ਨੂੰ, ਨਿਹਾਲ ਸਿੰਘ ਵਾਲਾ, ਉਹ ਸਾਡੇ ਕੋਲ ਆ ਰਹੇ ਹੈ। ਸੋ ਉਹਨਾਂ ਦੇ ਨਾਲ ਪਲਾਨ ਕਰਕੇ ਕੁਛ ਨਾ ਕੁਛ ਕਰਦੇ ਹਾਂ ਜੀ। ਪਰ ਸਰਕਾਰੀ ਹਸਪਤਾਲ ਵਿੱਚ ਅਸੀਂ ਕੋਰੋਨਾ ਵਾਇਰਸ ਵਾਸਤੇ ਵੀ ਬਣਾ ਲਿਆ,
ਪਲੱਸ ਸਾਡੇ ਕੋਲ ਇੱਕ ਆਈਸੋਲੇਸ਼ਨ ਵਾਰਡ ਵੀ ਕਰੋਨਾ ਵਾਇਰਸ ਵਾਸਤੇ ਬਣਾਇਆ ਗਿਆ, ਜਿਸ ਵਿੱਚ ਸਾਡੇ ਕੋਲ ਫੈਸਿਲਿਟੀ ਜਿਹੜੀ ਗੌਰਮੈਂਟ ਵੱਲੋਂ ਸਪਲਾਈਡ ਆ ਉਸ ਨੂੰ ਤਿਆਰ ਕਰ ਲਿਆ ਗਈ। ਕੀ ਪ੍ਰੀਕੋਸ਼ਨ ਲੈਣਾ ਚਾਹੀਦਾ ਜੀ? ਪ੍ਰੀਕੋਸ਼ਨ ਇਹ ਤਾਂ ਵੈਸੇ ਤਾਂ ਜਿਹੜੇ ਵੀ ਸਿਮਟਮ ਹੈ ਉਹ ਤਾਂ ਨੋਰਮਲ ਜਿਵੇਂ ਵਾਇਰਲ ਫੀਵਰ ਦੇ ਫਲੂ ਵਾਲੇ ਸਿਮਟਮ ਹੁੰਦੇ ਆ, ਜਿਵੇਂ ਕਿ ਬੁਖਾਰ ਹੈ, ਖਾਂਸੀ ਹੈ, ਗੜਾ ਹੈ, ਇਹੀ ਸਭ ਚੀਜ਼ਾਂ ਹੁੰਦੀਆਂ ਜੀ, ਕੋਲਡ ਵਗੈਰਾ, ਇਹ ਸਭ ਚੀਜ਼ਾਂ ਹੀ ਸਿਮਟਮ ਹੁੰਦੇ ਆ। ਪ੍ਰੀਕੋਸ਼ਨ ਇਹੀ ਹੈ ਕਿ ਆਪਾਂ ਨੂੰ ਇਹ ਰੈਸਪੀਰੇਟਰੀ ਇਨਫੈਕਸ਼ਨ ਹੈ, ਇੱਕ ਡਰੋਪਲੈਟਸ ਤੋਂ ਹੁੰਦਾ ਹੈ, ਇੱਕ ਦੂਸਰੇ ਤੋਂ ਪ੍ਰੀਵੈਂਸ਼ਨ ਤੋਂ ਹੀ ਮੇਨ ਹੈ। ਖਾਸ ਕਰਕੇ ਜਿਹੜੇ ਲੋਕ ਬਾਹਰ ਤੋਂ ਵਿਜਿਟ ਕਰ ਰਹੇ ਆ ਉਹਨਾਂ ਤੋਂ ਸਪੈਸ਼ਲੀ ਪ੍ਰੀਕੋਸ਼ਨ ਲੈਣਾ ਚਾਹੀਦਾ, ਕਿਉਂਕਿ ਉਹਨਾਂ 'ਚ ਚਾਂਸ ਜ਼ਿਆਦਾ ਹੈ ਕਿ ਉਹ ਬਾਹਰੋਂ ਇੰਡੀਆ 'ਚ ਤਾਂ ਹੈ ਹੀ ਨਹੀਂ, ਬਾਹਰੋਂ ਇੰਡੀਆ 'ਚ ਨਹੀਂ ਆਉਣਗੇ, ਤਾਂ ਇੰਡੀਆ 'ਚ ਆਏਗਾ ਤਾਂ ਫਿਰ ਸਪਰੈਡ ਹੋਏਗਾ। ਕੋਈ ਪੇਸ਼ੈਂਟ ਆਇਆ ਜੀ ਜਿਹੜਾ ਬਾਹਰੋਂ ਆਇਆ ਜਿਹਨੂੰ ਤੁਸੀਂ ਪ੍ਰੀਕੋਸ਼ਨ ਲਈ ਚੈੱਕ ਕਰ ਰਹੇ ਹੋ? ਇੱਕ ਪੇਸ਼ੈਂਟ ਹਲੇ ਆਇਆ ਤਾਂ ਹੈ ਬਾਹਰੋਂ, ਲੇਕਿਨ ਹਲੇ ਉਹਦੀ ਕੁਛ ਸਿਮਟਮਸ ਹਲੇ ਵਾਇਰਲ ਵਾਲੇ ਹੀ ਹੈ, ਫਲੂ ਵਾਲੇ ਸਿਮਟਮ ਹੈ, ਹਲੇ ਉਹਨੂੰ ਦੇਖਾਂਗੇ, ਉਹਦੇ ਟੈਸਟ ਵਗੈਰਾ ਅਸੀਂ ਉਹਨੂੰ ਐਡਵਾਈਸ ਕੀਤੇ, ਉਸ ਹਿਸਾਬ ਨਾਲ ਉਹਦੇ ਬਾਅਦ ਦੇਖਾਂਗੇ। ਕੁਛ ਕਿੱਥੋਂ ਆਇਆ ਜੀ ਪੇਸ਼ੈਂਟ, ਕਦੋਂ ਆਇਆ ਜੀ ਪੇਸ਼ੈਂਟ? ਕੱਲ੍ਹ ਹੀ ਆਇਆ ਦੁਬਈ ਤੋਂ, ਅਤੇ ਉਹਨੂੰ ਅਸੀਂ ਉਹਨੂੰ ਸਿਮਟਮਸ ਤਾਂ ਵੈਸੇ ਪਹਿਲਾਂ ਤੋਂ ਵੀ ਹੈ, ਉਹਨੂੰ ਅਸੀਂ ਉਹਨੂੰ ਦਾ ਵਰਕਅਪ ਕਰ ਰਹੇ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ। ਕਰੋਨਾ ਵਾਇਰਸ ਨਾਲ ਹੀ ਹੈ ਕੁਛ ਇੱਦਾਂ ਦਾ? ਦੇਖੋ ਸਿਮਟਮਸ ਤਾਂ ਸਾਰਿਆਂ ਦੇ ਸੇਮ ਹੀ ਹੁੰਦੇ ਆ, ਇੰਨੀ ਜਲਦੀ ਨਹੀਂ ਕਹਿ ਸਕਦੇ ਕਿ ਕਰੋਨਾ ਨਾਲ ਇਨਫੈਕਟਡ ਹੈ ਜਾਂ ਨਹੀਂ ਹੈ, ਹੋ ਸਕਦਾ ਨਾਰਮਲ ਵੀ ਹੋਵੇ, ਪਰ ਕੁਛ